ਅਤੇ ਵੀ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ, ਇਹ ਜਿਹੜੀਆਂ ਫੋਟੋਆਂ ਨੇ ਨਾ, ਪਲੀਜ਼ ਕਿਧਰੇ ਪਾਉਣਾ ਨਾ। ਤੇਰੀ ਮਾਂ ਤੈਨੂੰ ਭੜਕਾਉਂਦੀ ਹੋਣੀ ਹੈ, ਤਾਂ ਹੀ ਤੇਰੀ ਅੱਡੀ ਜ਼ਬਾਨ ਲੱਗੀ ਹੋਈ ਹੈ। ਲੋ ਪਰਸ। ਸੋਨੀ, ਮੈਂ ਪਤਾ ਕੀ ਸੋਚ ਰਿਹਾ, ਅੱਜ ਸ਼ਾਮੀ ਨਾ ਕਿਸੇ ਵਧੀਆ ਜਿਹੇ ਰੈਸਟੋਰੈਂਟ 'ਚ ਡਿਨਰ ਕਰਨ ਜਾਵਾਂਗੇ। ਮੈਂ ਸ਼ਾਮੀ ਟਾਈਮ ਸਿਰ ਘਰ ਆ ਜਾਵਾਂਗਾ, ਤੁਸੀਂ ਤਿਆਰ ਰਹੋ ਬਸ, ਠੀਕ ਹੈ? ਅੱਛਾ, ਚਲੋ ਠੀਕ ਹੈ। ਅੱਜ ਕੁਛ ਸਪੈਸ਼ਲ ਹੈ ਕੀ? ਨਹੀਂ ਨਹੀਂ, ਸਪੈਸ਼ਲ ਕੁਛ ਵੀ ਨਹੀਂ ਹੈ। ਮੈਂ ਸੋਚ ਰਿਹਾ ਵਾਹਵਾ ਟਾਈਮ ਹੋ ਗਿਆ, ਬਾਹਰ ਗਏ ਨਹੀਂ, ਠੀਕ ਨਹੀਂ, ਅੱਜ ਜਾਂਦੇ ਹਾਂ, ਖਾ ਪੀ ਕੇ ਆਵਾਂਗੇ, ਇੰਜੋਏ ਕਰਕੇ ਆਵਾਂਗੇ, ਕਿ ਨਹੀਂ? ਠੀਕ ਹੈ, ਚਲੋ ਠੀਕ ਹੈ, ਬਾਏ। ਅੱਜ ਤਾਂ ਸ਼ਾਮੀ ਜਾਵਾਂਗੇ ਡਿਨਰ ਕਰਨ ਬਾਹਰ, ਹੈਂ? ਤੁਸੀਂ ਕੀ ਖਾਣਾ ਉੱਥੇ? ਹੂੰ, ਚੱਲ ਆ ਜਾ, ਤੈਨੂੰ ਵੀ ਦੁੱਧ ਦੇ ਦਾਂ। ਹਾਂਜੀ ਮੰਮੀ, ਮੈਂ ਠੀਕ ਹਾਂ, ਤੁਸੀਂ ਸੁਣਾਓ? ਲੈ ਮੰਮੀ, ਖੁਸ਼ ਤਾਂ ਹੋਣਾ ਹੀ ਹੈ, ਅੱਜ ਨਾ ਅਸੀਂ ਬੜੇ ਦਿਨਾਂ ਬਾਅਦ ਡਿਨਰ 'ਤੇ ਜਾ ਰਹੇ ਹਾਂ, ਟਿੰਮੀ ਕਹਿ ਕੇ ਗਏ ਨੇ ਮੈਨੂੰ। ਬਸ ਮੰਮੀ, ਕਲੇਸ਼ ਜਿਹਾ ਰਹਿੰਦਾ ਸੀਗਾ। ਮੰਮੀ, ਕਲੇਸ਼ ਵੀ ਤੁਹਾਨੂੰ ਕੀ ਦੱਸਾਂ, ਆਪਸ ਵਿੱਚ ਤਾਂ ਦੋਨਾਂ ਦੀ ਕੋਈ ਗੱਲਬਾਤ ਨਹੀਂ ਸੀ, ਬਸ ਲੋਕਾਂ ਦਾ ਹੀ ਪੁਆਇਆ ਹੋਇਆ ਸੀ ਆਪਾਂ ਸੀ। ਕਦੀ ਕੋਈ ਲੂਤੀ ਲਾ ਦਿੰਦਾ ਸੀ ਅਤੇ ਕਦੀ ਕੋਈ, ਪਰ ਤੁਹਾਨੂੰ ਪਤਾ ਟਿੰਮੀ ਥੋੜ੍ਹੇ ਜਿਹੇ ਲਾਈ ਲੱਗ ਵੀ ਹੈਗੇ ਨੇ। ਚਲੋ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ, ਮੈਂ ਨਾ ਇਹਨਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੀ, ਅੱਜ ਵੈਸੇ ਵੀ ਮੇਰਾ ਮੂਡ ਬੜਾ ਚੰਗਾ ਹੈਗਾ। ਹੋਰ ਕੋਈ ਗੱਲ ਸੁਣਾਓ। ਕੀ ਗੱਲ, ਸੋਣਾ ਨਹੀਂ ਤੁਸੀਂ? ਕਿੰਨੀ ਦੇਰ ਹੋ ਗਈ ਹੈ? ਬਸ ਸੌਣ ਹੀ ਚੱਲਿਆ ਸੀ ਮੈਂ ਵੀ, ਮੈਂ ਫੋਟੋਆਂ ਵੇਖਣ ਲੱਗ ਗਿਆ ਜਿਹੜੀਆਂ ਰੈਸਟੋਰੈਂਟ 'ਚ ਖਿੱਚੀਆਂ। ਅੱਛਾ ਇੱਕ ਗੱਲ ਹੈ, ਫੂਡ ਬਹੁਤ ਟੇਸਟੀ ਸੀ ਰੈਸਟੋਰੈਂਟ ਦਾ, ਹੈ ਨਾ? ਸਹੀ ਗੱਲ ਹੈ, ਔਰ ਰੈਸਟੋਰੈਂਟ ਵੀ ਵਧੀਆ। ਹਾਂਜੀ, ਇਹ ਅਜੇ ਤੱਕ ਸੁੱਤੀ ਕੋਈ ਨਹੀਂ? ਤੁਹਾਨੂੰ ਪਤਾ ਹੀ ਹੈ, ਉੱਥੇ ਲੇਟ ਹੋ ਗਏ ਸੀ, ਇਹਦਾ ਸੌਣ ਦਾ ਟਾਈਮ ਖੁੰਝ ਗਿਆ, ਹੁਣ ਇਹਨੇ ਇੱਦਾਂ ਹੀ ਤੰਗ ਕਰਨਾ ਮੈਨੂੰ। ਆ ਦੇਖ ਸੋਨੀ, ਫੋਟੋਆਂ ਕਿੰਨੀਆਂ ਆਉਂਦੀਆਂ ਆਈਆਂ। ਉਹ ਸਭ ਤਾਂ ਠੀਕ ਹੈ, ਤੁਹਾਨੂੰ ਪਤਾ ਮੈਂ ਇਸ ਟਾਈਮ ਤੁਹਾਡੇ ਕੋਲ ਕਿਉਂ ਆਈ ਹਾਂ? ਕਿਉਂ? ਮੈਂ ਨਾ ਤੁਹਾਨੂੰ ਥੈਂਕ ਯੂ ਕਹਿਣ ਆਈ ਹਾਂ, ਸੱਚੀ ਅੱਜ ਬੜਾ ਮਜ਼ਾ ਆਇਆ, ਔਰ ਬੜੇ ਟਾਈਮ ਬਾਅਦ। ਥੈਂਕ ਯੂ ਕਹਿਣ ਵਾਲੀ ਕਿਹੜੀ ਗੱਲ ਹੈ ਸੋਨੀ, ਮੈਨੂੰ ਆਪ ਬੜਾ ਮਜ਼ਾ ਆਇਆ। ਮੈਂ ਸੋਚ ਰਿਹਾ ਕਿ ਹਫ਼ਤੇ 'ਚ ਇੱਕ ਦਿਨ ਰੱਖਿਆ ਕਰੀਏ, ਕਿ ਜਿਸ ਦਿਨ ਅਸੀਂ ਪੂਰਾ ਦਿਨ ਆਊਟਿੰਗ ਹੀ ਕਰਾਂਗੇ। ਚੰਗੀ ਗੱਲ ਹੈ, ਵਾਕਈ ਜ਼ਿੰਦਗੀ ਜੀਣ ਦਾ ਸਵਾਦ ਆਏਗਾ। ਟਿੰਮੀ, ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ, ਇਹ ਜਿਹੜੀਆਂ ਫੋਟੋਆਂ ਨੇ ਨਾ, ਪਲੀਜ਼ ਕਿਧਰੇ ਪਾਉਣਾ ਨਾ, ਮਤਲਬ ਕਿ ਵਟਸਐਪ ਸਟੇਟਸ ਬਿਲਕੁਲ ਨਾ ਲਗਾਉਣਾ। ਕਿਉਂ, ਫੋਟੋ ਕਿਉਂ ਨਾ ਪਾਵਾਂ? ਬਸ ਬੰਦਾ ਚੰਗਾ ਨਹੀਂ ਲੱਗਦਾ। ਚੰਗੇ ਵਾਲੀ ਕਿਹੜੀ ਗੱਲ ਆ ਸੋਨੀ, ਸਾਰੀ ਦੁਨੀਆ ਪਾਉਂਦੀ ਹੈ, ਨਾਲੇ ਮੈਂ ਆਪਣੇ ਪਰਿਵਾਰ ਨਾਲ ਗਿਆ, ਕਿਸੇ ਬਾਹਰ ਦੇ ਨਾਲ ਗਿਆ, ਮੈਂ ਤਾਂ ਪਾਵਾਂਗਾ। ਮੈਂ ਤਾਂ ਕਹਿ ਰਹੀ ਹਾਂ ਕਿ ਸਾਨੂੰ ਨਜ਼ਰ ਬੜੀ ਛੇਤੀ ਲੱਗ ਜਾਂਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ। ਅੱਗੇ ਨਹੀਂ ਲੱਗਦੀ ਨਜ਼ਰ। ਆਹ ਦੇਖ, ਫੋਟੋ ਪਾਈ ਸੀ ਜਿਹੜੀ ਰਾਤੀ, ਲਾਈਕ ਵੇਖ ਕਿੰਨੇ ਆ ਗਏ ਜੀ। ਤੁਸੀਂ ਨਹੀਂ ਟਲੇ ਫਿਰ, ਤੁਹਾਨੂੰ ਮਨਾ ਕੀਤਾ ਸੀ ਨਾ ਮੈਂ ਰਾਤੀ। ਸੋਨੀ, ਤੂੰ ਤਾਂ ਪਤਾ ਨਹੀਂ ਕਿਹੜੀ ਦੁਨੀਆ 'ਚ ਜਿੰਨੀ ਹੈ,
ਚੱਲ ਛੱਡ, ਮੈਂ ਨਾ ਯਾਰ ਆਫਿਸ ਨਿਕਲਾਂ, ਟਾਈਮ ਹੋ ਗਿਆ ਬਹੁਤ ਜ਼ਿਆਦਾ, ਐਵੇਂ ਲੇਟ ਹੋ ਜਾਣਾ। ਮੰਮੀ ਹੈਲੋ। ਹਾਂਜੀ ਮੰਮੀ ਸਤਿ ਸ਼੍ਰੀ ਅਕਾਲ। ਹਾਂ ਠੀਕ ਠਾਕ, ਤੁਸੀਂ ਸੁਣਾਓ ਹੋਰ। ਹਾਂ ਰਾਤੀ ਗਏ ਸੀਗੇ ਡਿਨਰ ਕਰਨ, ਮੈਂ ਚਲੋ ਬੱਚਿਆਂ ਨੂੰ ਵੀ ਥੋੜ੍ਹੀ ਜਿਹੀ ਆਊਟਿੰਗ ਕਰਾ ਦਾਂਗੇ ਤਾਂ ਕਰਕੇ। ਨਹੀਂ ਹਜੇ ਤਾਂ ਘਰ ਹੀ ਹਾਂ ਮੈਂ, ਬਸ ਨਿਕਲਣ ਲੱਗਿਆ ਆਫਿਸ। ਹਾਂ ਹਾਂ ਠੀਕ ਹੈ, ਕਰ ਲਵਾਂਗਾ ਫੋਨ। ਓਕੇ। ਕੀ ਕਹਿ ਰਹੇ ਨੇ ਮੰਮੀ? ਉਹ ਮੰਮੀ ਨੇ ਫੋਟੋ ਵੇਖੀ ਹੋਣੀ ਹੈ ਨਾ, ਅਤੇ ਤਾਂ ਕਰਕੇ ਮੰਮੀ ਨੇ ਫੋਨ ਕੀਤਾ ਮੈਨੂੰ। ਅੱਛਾ ਫੋਟੋ ਦੇਖ ਲਈ ਹੈ ਮੰਮੀ ਨੇ? ਹਾਂ ਦੇਖ ਲਈ ਹੈ। ਚਲੋ ਠੀਕ ਹੈ। ਹੋਰ ਕੀ ਕਹਿ ਰਹੇ ਸੀ? ਤੁਸੀਂ ਕਹਿ ਰਹੇ ਸੀ ਨਾ ਮੈਂ ਕਰਦਾਂ, ਕੀ ਕਰਦਾਂ? ਮੰਮੀ ਨੂੰ ਆ ਗਿਆ ਹੋਣਾ ਪਿੱਛੇ ਕਿਸੇ ਦਾ ਫੋਨ, ਤਾਂ ਕਹਿੰਦਾ ਜਦੋਂ ਆਫਿਸ ਪਹੁੰਚ ਜਾਏਗਾ ਨਾ ਤਾਂ ਫ੍ਰੀ ਹੋ ਕੇ ਗੱਲ ਕਰੀ ਮੇਰੇ ਨਾਲ। ਠੀਕ ਹੈ ਚੱਲ ਠੀਕ ਹੈ, ਮੈਂ ਨਿਕਲਾਂ ਯਾਰ। ਚਲੋ ਜੀ ਹੋ ਗਿਆ ਕੰਮ, ਹੁਣ ਜਿਹੜਾ ਫੋਨ ਆਫਿਸ 'ਚ ਜਾ ਕੇ ਆਉਣਾ ਨਾ, ਬਸ ਰੱਬਾ ਤੂੰ ਹੀ ਭਲੀ ਕਰੀ। ਤੁਸੀਂ ਕੋਈ ਪਰੇਸ਼ਾਨੀ ਹੈ? ਤੁਸੀਂ ਜਿਸ ਟਾਈਮ ਦੇ ਆਏ ਹੋ ਆਫਿਸ 'ਚੋਂ ਗੱਲ ਹੀ ਨਹੀਂ ਕਰ ਰਹੇ। ਪਰੇਸ਼ਾਨ ਹੀ ਹੋਣਾ ਜਦੋਂ ਤੇਰੇ ਬਾਰੇ ਕੋਈ ਗੱਲ ਸੁਣ ਲੈਂਦਾ ਜਾਂ ਲਾਮਾ ਸੁਣ ਲੈਂਦਾ, ਪਰੇਸ਼ਾਨ ਹੋ ਜਾਂਦਾ। ਨਹੀਂ ਫਿਰ ਦਿਲ ਕਰਦਾ ਤੈਨੂੰ ਬੁਲਾਉਣ ਨੂੰ। ਅੱਛਾ ਜੀ ਮੇਰਾ ਲਾਮਾ, ਲੈ ਇਹੋ ਜਿਹਾ ਕੀ ਕਰਤਾ ਮੈਂ? ਨਾ ਤੂੰ ਮੰਮੀ ਨੂੰ ਫੋਨ ਕਰੇ, ਨਾ ਤੂੰ ਮਾਸੀ ਨੂੰ ਫੋਨ ਕਰੇ, ਫਿਰ ਅਗਲੇ ਮੈਨੂੰ ਲਾਮੇ ਦਿੰਦੇ ਨੇ। ਟਿੰਮੀ ਸਾਰੀ ਦਿਨ ਤੇ ਮੈਨੂੰ ਟਾਈਮ ਨਹੀਂ ਲੱਗਦਾ, ਫੋਨ ਮੈਂ ਕੀ ਕਰਾਂ ਕਿਸੇ ਨੂੰ? ਟਾਈਮ ਤੇ ਸੋਨੀ ਤੇਰੇ ਕੋਲ ਹੈਗਾ, ਤੇਰੇ 'ਚ ਆਕੜ ਆ ਗਈ ਹੈ, ਟਾਈਮ ਹੈ ਤਾਂ ਹੀ ਤੂੰ ਪੂਰਾ ਦਿਨ ਆਪਣੇ ਭਰਾ ਨੂੰ ਫੋਨ ਕਰਦੀ ਹੈ, ਮਾਂ ਨੂੰ ਫੋਨ ਕਰਦੀ ਹੈ, ਲੱਗੀ ਰਹਿੰਦੀ ਉਹਨਾਂ ਨਾਲ ਵੀ। ਜੇ ਟਾਈਮ ਨਹੀਂ ਹੈ ਉਹ ਮੇਰੇ ਘਰਦਿਆਂ ਵਾਸਤੇ ਨਹੀਂ ਹੈ ਤੇਰੇ ਕੋਲ। ਟਿੰਮੀ ਇਹ ਤਾਂ ਕੋਈ ਗੱਲ ਨਾ ਹੋਈ, ਸੱਚੀ ਮੇਰੇ ਕੋਲ ਟਾਈਮ ਨਹੀਂ ਹੁੰਦਾ, ਘਰ ਵੀ ਸੰਭਾਲਣਾ, ਤੁਹਾਡੇ ਦੋ ਬੱਚੇ ਵੀ ਸੰਭਾਲਣੇ ਹੁੰਦੇ ਨੇ। ਜਿਹੜਾ ਥੋੜ੍ਹਾ ਬਹੁਤ ਟਾਈਮ ਲੱਗਦਾ ਉਹ ਮੈਂ ਆਪਣੀ ਮੰਮੀ ਨੂੰ ਫੋਨ ਕਰ ਲੈਂਦੀ ਹਾਂ। ਨਾਲ ਜੇ ਮੰਮੀ ਔਰ ਮਾਸੀ ਨੂੰ ਇੰਨਾ ਹੀ ਮੇਰੇ ਨਾਲ ਪਿਆਰ ਹੈ ਤਾਂ ਉਹ ਆਪ ਵੀ ਤਾਂ ਫੋਨ ਕਰ ਹੀ ਸਕਦੇ ਨੇ ਨਾ ਮੈਨੂੰ, ਜੇ ਮੈਂ ਨਾ ਚੱਕਾਂ ਫਿਰ ਤਾਂ ਚਲੋ ਮੇਰੀ ਗਲਤੀ ਹੈ। ਹਾਂ ਉਹ ਤੈਨੂੰ ਫੋਨ ਕਰਨ, ਤੂੰ ਨਾ ਉਹਨਾਂ ਨੂੰ ਫੋਨ ਕਰ ਜੀ, ਤੂੰ ਨਾ ਝੁੱਕ ਜੀ ਕਿਸੇ ਪਾਸੇ, ਤੂੰ ਨਾ ਦੋ ਮਿੰਟ ਕਿਸੇ ਨੂੰ ਫੋਨ ਕਰਕੇ ਹਾਲ ਚਾਲ ਪੁੱਛ ਲਈ, ਅਗਲੇ ਦਾ ਬੇਇੱਜ਼ਤੀ ਕਰਵਾਉਣ ਤੇ ਰਿਹਾ ਕਰ ਬਸ। ਏਦਾਂ ਤੇ ਹੋਣਾ ਹੀ ਸੀ, ਮੈਂ ਤੁਹਾਨੂੰ ਰਾਤੀ ਤਾਂ ਹੀ ਮਨਾ ਕਰ ਰਹੀ ਸੀ ਕਿ ਫੋਟੋਆਂ ਨਾ ਪਾਇਓ, ਜੇ ਮੈਂ ਫੋਨ ਕਰਦੀ ਵੀ ਹੁੰਦੀ ਨਾ ਤੇ ਇਹਨਾਂ ਨੇ ਹੋਰ ਕੋਈ ਨਾ ਕੋਈ ਗੱਲ ਲੱਭ ਲੈਣੀ ਸੀ ਤੁਹਾਨੂੰ ਭਟਕਾਉਣ ਵਾਸਤੇ ਮੇਰੇ ਖਿਲਾਫ। ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਮੇਰੀ ਮਾਂ ਮੈਨੂੰ ਭੜਕਾਉਂਦੀ ਹੈ ਤੇਰੇ ਖਿਲਾਫ? ਤੇ ਭੜਕਾਉਣ ਵਾਲੀਆਂ ਗੱਲਾਂ ਨੇ, ਤੇ ਦੇਖ ਲਓ ਨਾ ਮਸਾਂ ਮਸਾਂ ਸਾਰਾ ਕੁਝ ਸਹੀ ਹੁੰਦਾ, ਵਧੀਆ ਗੱਡੀ ਚੱਲਣਾ ਸ਼ੁਰੂ ਹੁੰਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਬਸ ਫਿਰ ਦੇਖ ਲਓ ਕਲੇਸ਼ ਹੀ ਪਵਾਉਂਦੇ ਨੇ, ਹੋਰ ਕੀ ਕਰਦੇ ਨੇ। ਤੇਰੀ ਐਡੀ ਹਿੰਮਤ ਕਿੱਦਾਂ ਹੋਈ ਮੇਰੀ ਮਾਂ ਦੇ ਖਿਲਾਫ ਇੰਨਾ ਕੁਛ ਬੋਲਣ ਦੀ? ਤੇਰੀ ਮਾਂ ਤੈਨੂੰ ਭੜਕਾਉਂਦੀ ਹੋਣੀ ਹੈ ਤਾਂ ਹੀ ਤੇਰੀ ਐਡੀ ਜ਼ਬਾਨ ਲੱਗੀ ਹੋਈ ਹੈ। ਜੇ ਮੇਰੀ ਮਾਂ ਭੜਕਾਉਂਦੀ ਹੁੰਦੀ ਨਾ ਤੇ ਇੰਨਾ ਕੁਛ ਇੱਥੇ ਰਹਿ ਕੇ ਬਰਦਾਸ਼ਤ ਨਾ ਕਰਦੀ, ਕਦੇ ਦੀ ਚਲੀ ਗਈ ਹੁੰਦੀ ਤੁਹਾਨੂੰ ਛੱਡ ਕੇ। ਤੇ ਹੁਣ ਚਲੀ ਜਾ, ਹੁਣ ਕਿੰਨੇ ਰੋਕਿਆ ਤੈਨੂੰ? ਮਿੰਟ 'ਚ ਮੇਰੇ ਥੱਪੜ ਮਾਰਤਾ, ਕਿੰਨੀ ਆਸਾਨੀ ਨਾਲ ਤੁਸੀਂ ਕਹਿਤਾ ਕਿ ਜਾ ਚਲੀ ਜਾ ਛੱਡ ਕੇ,
ਮੈਨੂੰ ਇੱਕ ਗੱਲ ਦੱਸੋ, ਜਦੋਂ ਮੇਰੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਨੇ ਕਿੰਨੇ ਕੁ ਤੁਸੀਂ ਅਟੈਂਡ ਕਰਦੇ ਹੋ? ਮੇਰੀ ਮਾਂ ਤੇ ਭਰਾ ਤਰਲੇ ਲੈਂਦੇ ਨੇ ਤੁਹਾਡੇ ਨਾਲ ਗੱਲ ਕਰਨ ਵਾਸਤੇ, ਤੇ ਤੁਸੀਂ ਸਾਹਮਣੇ ਬੈਠੇ ਹੱਥ ਹਿਲਾ ਦਿੰਦੇ ਹੋ। ਯਾਦ ਕਰ ਲਓ ਇਸ ਚੀਜ਼ ਨੂੰ। ਮੈਂ ਕਿੰਨਾ ਕਰ ਕਲੇਸ਼ ਪਾਇਆ ਇਸ ਗੱਲ ਤੇ, ਕਿੰਨੇ ਕੁ ਥੱਪੜ ਮਾਰਤੇ ਨੇ ਮੈਂ ਤੁਹਾਡੇ। ਇਸ ਗੱਲ ਨੂੰ ਨਾ ਬਹਿ ਕੇ ਸੋਚਿਓ, ਔਰ ਸਵੇਰੇ ਮੰਮੀ ਔਰ ਮਾਸੀ ਨੂੰ ਫੋਨ ਕਰਕੇ ਦੱਸ ਦਿਓ ਕਿ ਮੈਂ ਥੱਪੜ ਮਾਰਤੇ ਨੇ ਉਹਦੇ। ਠੰਡ ਪੈ ਜਾਏਗੀ ਉਹਨਾਂ ਨੂੰ ਵੀ। ਹਾਂਜੀ, ਇਹ ਜਿਹੜੀ ਤੁਸੀਂ ਵੀਡੀਓ ਦੇਖੀ ਨਾ, ਇਹ ਟਰੂ ਬੇਸਡ ਸਟੋਰੀ ਹੈ। ਵੈਸੇ ਤਾਂ ਸਾਡੀ ਮੋਸਟਲੀ ਸਾਰੀਆਂ ਵੀਡੀਓ ਟਰੂ ਬੇਸਡ ਸਟੋਰੀ ਹੁੰਦੀਆਂ ਨੇ, ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ। ਨਵੀਂ ਗੱਲ ਕੀ ਹੈ? ਨਵੀਂ ਗੱਲ ਇਹ ਹੈ ਕਿ ਜਿਹੜੀ ਭੈਣ ਨੇ ਸਾਨੂੰ ਇਹ ਸਟੋਰੀ ਦਿੱਤੀ, ਉਹਨੇ ਨਾ ਮੇਰੇ ਤੋਂ ਇੱਕ ਸਵਾਲ ਕੀਤਾ ਸੀ। ਹੁਣ ਉਸ ਸਵਾਲ ਦਾ ਜਵਾਬ ਮੈਂ ਉਸ ਟਾਈਮ 'ਤੇ ਦੇ ਨਹੀਂ ਪਾਇਆ। ਹੁਣ ਜਿਹੜਾ ਉਹ ਸਵਾਲ ਹੈ, ਮੈਂ ਤੁਹਾਡੀ ਕਚਹਿਰੀ 'ਚ ਲੈ ਕੇ ਆਇਆ, ਤੁਸੀਂ ਸਾਰਿਆਂ ਨੇ ਉਹਦਾ ਜਵਾਬ ਦੇਣਾ। ਤੁਸੀਂ ਵੀਡੀਓ ਦੇਖ ਹੀ ਲਈ ਹੈ, ਹੁਣ ਤੁਸੀਂ ਇਹ ਦੱਸਣਾ ਕਿ ਕਸੂਰ ਕਿਹਦਾ ਸੀ? ਨੂੰਹ ਦਾ ਕਸੂਰ ਹੈ ਜਾਂ ਉਹਦੀ ਜ਼ਬਾਨ ਦਾ ਕਸੂਰ ਹੈ ਜਾਂ ਗੱਲ ਕੁਛ ਹੋਰ ਹੈ? ਜਿਹੜਾ ਹਸਬੈਂਡ ਵਾਈਫ 'ਚ ਕਲੇਸ਼ ਹੋਇਆ, ਇਹਦਾ ਕਾਰਨ ਕੀ ਸੀ? ਇਹਦਾ ਜਵਾਬ ਤੁਸੀਂ ਕਮੈਂਟਾਂ 'ਚ ਜ਼ਰੂਰ ਦੇਣਾ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਇੱਕ ਸ਼ੇਅਰ ਸਾਨੂੰ ਮੋਟੀਵੇਟ ਕਰਦਾ ਜਲਦ ਵੀਡੀਓ ਲੈ ਕੇ ਆਉਣ ਵਾਸਤੇ। ਲਾਈਕ ਤੁਸੀਂ ਆਪੇ ਹੀ ਕਰ ਦਿੰਦੇ ਹੋ ਵੀਡੀਓ ਨੂੰ। ਮਿਲਦੇ ਹਾਂ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਇੱਕ ਹੋਰ ਨਵੇਂ ਮੈਸੇਜ ਦੇ ਨਾਲ। ਹੁਣ ਦਿਓ ਜੀ ਅੱਜ, ਸਤਿ ਸ਼੍ਰੀ ਅਕਾਲ।